ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਬੱਬੀ ਦੀ ਵੈਜੀਟੇਰੀਅਨ ਕਿਚਨ ਦੇ ਵਿੱਚ। ਅੱਜ ਆਪਾਂ ਬਣਾਵਾਂਗੇ ਚਿੱਟੇ ਵਾਈਟ ਚਨੇ ਜਿਹੜੇ ਹੁੰਦੇ ਆ, ਹੈ ਨਾ। ਵਾਈਟ ਚਨੇ ਆਪਾਂ ਓਵਰਨਾਈਟ ਭੇਜ ਦਿੱਤੇ ਸੀ, ਫਿਰ ਮੈਂ ਇਹਨਾਂ ਨੂੰ ਭੇਜ ਕੇ ਤਾਂ 4-5 ਸੀਟੀਆਂ ਮਰਾ ਕੇ ਆਪਾਂ ਇਹਨਾਂ ਨੂੰ ਕੁੱਕ ਕਰ ਲਿਆ। ਲੁੱਕ ਐਨ ਹੋਏ ਹੋਏ ਆ, ਆਪਾਂ ਵਾਲ ਲਏ ਇਹ, ਹੈ ਨਾ। ਅਤੇ ਆਪਾਂ ਇਹਨਾਂ 'ਚ ਹਲਦੀ ਨਹੀਂ ਪਾਉਣੀ ਹੈਗੀ, ਆਪਾਂ ਇਹ ਬਲੈਕ ਚਨੇ ਬਣਾਵਾਂਗੇ। ਇਹਦੇ 'ਚ ਮੈਂ ਪਾਇਆ ਸੀਗਾ ਜਿਹੜੇ ਆਪਣੇ ਹੁੰਦੇ ਔਲੇ, ਸੁੱਕੇ ਔਲੇ ਹੁੰਦੇ ਆ, ਮੈਂ ਉਹ ਇੰਨੇ ਕੁ ਪਾ ਕੇ ਇਹਦੇ ਕੱਪੜੇ 'ਚ ਬੰਨ੍ਹ ਕੇ ਜਦੋਂ ਆਪਾਂ ਛੋਲੇ ਉਬਾਲੇ ਆ ਨਾ, ਉਹਦੇ ਵਿੱਚ ਪਾ ਦਿੱਤਾ। ਜੇ ਤੁਹਾਡੇ ਕੋਲ ਇਹ ਨਹੀਂ ਹੈਗੇ ਸੁੱਕੇ ਔਲੇ, ਤਾਂ ਫਿਰ ਤੁਸੀਂ ਜਿੱਦਾਂ ਟੀ ਬੈਗ ਪਾ ਸਕਦੇ ਆ। ਜੇ ਟੀ ਬੈਗ ਨਹੀਂ ਹੈਗੇ, ਜੇ ਚਾਹ ਪੱਤੀ ਖੁੱਲ੍ਹੀ ਆ, ਤਾਂ ਫਿਰ ਤੁਸੀਂ ਖੁੱਲ੍ਹੀ ਵੀ ਇੱਦਾਂ ਪੁੜੀ ਦੇ ਵਿੱਚ ਪਾ ਕੇ ਕਿਸੇ ਮਲਮਲ ਦੇ ਕੱਪੜੇ ਦੇ ਵਿੱਚ, ਉਹ ਤੁਸੀਂ ਜਦੋਂ ਆਪਾਂ ਇਹਨੂੰ ਉਬਾਲਣਾ ਆ ਉਦੋਂ ਤੁਸੀਂ ਵਿੱਚ ਰੱਖ ਦੇਣਾ। ਫਿਰ ਛੋਲਿਆਂ ਨੂੰ ਰੰਗ ਚੜ੍ਹਨਾ, ਜੇ ਤੁਸੀਂ ਤੁੜਕੇ ਦੇ ਵਿੱਚ ਪਾਓਗੇ ਫਿਰ ਨਹੀਂ ਹੋਣਾ, ਹੈ ਨਾ। ਆਪਾਂ ਛੋਲੇ ਐਨ ਓਵਰ ਉਬਾਲ ਲਏ, ਉਹਦੇ ਲਈ ਆਪਾਂ ਸਮਾਨ ਲੂਣ ਮਿਰਚ ਮਸਾਲਾ ਆਪਾਂ ਆਪਣੇ ਹਿਸਾਬ ਨਾਲ ਪਾ ਲੈਣਾ ਆ। ਅਤੇ 3 ਵੱਡੇ ਪਿਆਜ਼, 2 ਵੱਡੇ ਟਮਾਟਰ, ਜਿੰਜਰ, ਗਾਰਲਿਕ, ਗ੍ਰੀਨ ਚਿੱਲੀ, ਸਾਰਾ ਕੁਛ ਮੈਂ ਇਹਦੇ 'ਚ ਗ੍ਰੈਂਡ ਕਰ ਲਿਆ। ਅਤੇ ਆਪਾਂ ਥੋੜ੍ਹੀ ਜਿਹੀ ਪਾਵਾਂਗੇ ਹਿੰਗ, 1/2 ਚਮਚਾ ਹਿੰਗ ਦਾ ਪਾਵਾਂਗੇ। ਹੁਣ ਆਪਾਂ ਤੜਕਾ ਲਾਈਏ ਇਹਨੂੰ, ਆਪਾਂ ਇਹਨੂੰ ਦੇਸੀ ਘੇ ਦਾ ਤੜਕਾ ਲਾਵਾਂਗੇ। ਆਪਾਂ ਗੈਸ ਔਨ ਕਰੀਏ, ਤੁਸੀਂ ਕੁਛ ਵੀ ਤੇਲ ਯੂਜ਼ ਕਰ ਸਕਦੇ ਹਾਂ, ਜੋ ਵੀ ਜਿਹੜਾ ਵੀ ਲਾਈਕ ਕਰਦੇ, ਹੈ ਨਾ। ਮੈਂ ਦੇਸੀ ਘੇ ਦਾ ਤੜਕਾ ਲਾ ਦਿੰਦਾ ਇਹਨੂੰ। ਆਪਾਂ ਇਹਦੇ 'ਚ 1 ਕੜਛੀ ਦੇਸੀ ਘਿਓ ਦੀ ਪਾਵਾਂਗੇ, ਇਹ ਵੀ ਆਪਾਂ ਘਰ ਬਣਾਇਆ, ਮੈਂ ਦਿੱਤੀ ਹੋਈ ਆ ਡਿਕਸ਼ਨ ਵਾਲੇ ਥੱਲੇ, ਦੇਸੀ ਘਿਓ ਕਿੱਦਾਂ ਬਣਾਉਣਾ ਤੁਸੀਂ ਬਟਰ ਤੋਂ, ਦੇਖਿਓ ਤੁਸੀਂ ਵੀ ਬਣਾ ਕੇ ਨਾਲੇ। ਹੁਣ ਆਪਾਂ ਇਹਦੇ 'ਚ ਪਹਿਲਾਂ ਪਾ ਦੇਵਾਂਗੇ ਜੀਰਾ, ਵੱਡੀ ਇਲਾਇਚੀ ਅਤੇ ਤੇਜ਼ ਪੱਤਾ। ਘਿਓ ਆਪਣਾ ਹੋਵੇ ਗਰਮ, 1 ਚਮਚਾ ਆਪਾਂ ਜੀਰੇ ਦਾ ਪਾਇਆ, 3 ਤੇਜ਼ ਪੱਤੇ, 1 ਕਾਲੀ ਇਲਾਇਚੀ ਅਤੇ ਥੋੜ੍ਹੀ ਜਿਹੀ ਆਪਾਂ ਹਿੰਗ ਪਾਵਾਂਗੇ, 1/2 ਚਮਚਾ। ਲੁੱਕ ਇੰਨੀ ਕੁ ਆਪਾਂ ਹਿੰਗ ਪਾਵਾਂਗੇ। ਹੁਣ ਇਹਨੂੰ ਆਪਾਂ ਮਾੜਾ ਜਿਹਾ ਰੋਸਟ ਕਰ ਲਈਏ, ਫਿਰ ਆਪਾਂ ਜਿਹੜਾ ਆਪਣਾ ਪੇਸਟ ਬਣਿਆ ਫਿਰ ਆਪਾਂ ਇਹਦੇ 'ਚ ਪਾ ਦੇਵਾਂਗੇ। ਆਪਣੇ ਹੋ ਗਏ ਆ ਜੀਰਾ ਵੀ ਅਤੇ ਤੇਜ਼ ਪੱਤਾ ਵੀ, ਹੁਣ ਆਪਾਂ ਪੇਸਟ ਕਰ ਲਈਏ ਸਾਰਾ। ਇਹਦੇ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਫਿਰ ਇਹਦੀ ਸਾਰਾ ਸਰਵ ਪਾ ਦੇਵਾਂਗੇ। ਪਹਿਲਾਂ ਆਪਾਂ ਤੜਕੇ ਨੂੰ ਭੁੰਨ ਲਈਏ ਚੰਗੀ ਤਰ੍ਹਾਂ, ਜਿਵੇਂ ਕਰਕੇ ਉਹ ਨਹੀਂ ਛੱਡਦਾ। ਆਪਾਂ ਇਹਦੇ 'ਚ ਆਲੂ ਨਹੀਂ ਪਾਏ ਹੈਗੇ, ਜੇ ਤੁਸੀਂ ਪਾਉਣੇ ਚਾਹੁੰਦੇ ਹੋ ਤਾਂ ਤੁਸੀਂ ਪਾ ਸਕਦੇ ਹੋ, ਹੈ ਨਾ। ਮੈਂ ਨਹੀਂ ਪਾਏ ਹੈਗੇ, ਜੇ ਤੁਹਾਨੂੰ ਤੁੜਕੇ ਦੇ ਜਿੱਦਾਂ ਜ਼ਿਆਦਾ ਕਾਲੀ ਹੁੰਦੀ ਆ, ਫਿਰ ਤੁਸੀਂ ਇੱਦਾਂ ਵੀ ਕਰ ਸਕਦੇ ਇਹਦੇ 'ਚ, ਹੈ ਨਾ। ਇੱਦਾਂ ਹੀ ਜਿੱਦਾਂ ਆਪਾਂ ਸਾਰਾ ਕੁਛ ਇਹ 'ਚ ਪਾ ਦਿੱਤਾ ਪੇਸਟ, ਜਿੰਜਰ, ਗਾਰਲਿਕ ਦਾ, ਪਿਆਜ਼ ਦਾ, ਹੈ ਨਾ, ਟਮਾਟਰ, ਸਾਰਾ ਕੁਛ ਪਾ ਕੇ ਨਾਲ ਹੀ ਵਿੱਚ ਇਹਦੇ ਲੂਣ ਮਸਾਲਾ ਹਲਦੀ ਪਾ ਦੇਣਾ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਇਹਨੂੰ 2 ਸੀਟੀਆਂ ਮਰਾ ਦਿਓ, ਫਿਰ ਵੀ ਤੁੜਕਾ ਰੈਡੀ ਹੋ ਜਾਂਦਾ। ਪਰ ਹੁਣ ਆਪਾਂ ਤਸੱਲੀ ਨਾਲ ਥੋੜ੍ਹਾ ਜਿਹਾ ਲਾਉਂਦੇ ਹਾਂ ਭੁੰਨ ਕੇ ਸਵਾਰ ਕੇ, ਆਪਣੇ ਤੁੜਕੇ ਨੇ ਐਨ ਕੇ ਛੱਡਣਾ ਸ਼ੁਰੂ ਕਰਤਾ। ਹੁਣ ਆਪਾਂ ਇਹਦੇ 'ਚ ਪਾਈਏ ਲੂਣ, ਪਾ ਦੇਈਏ, ਤੁਸੀਂ ਆਪਣੇ ਹਿਸਾਬ ਨਾਲ ਪਾ ਲਈਓ। ਮੈਂ 1 ਚਮਚਾ ਤਾਂ ਮੈਂ ਜਦੋਂ ਛੋਲੇ ਵਾਲੇ ਉਦੋਂ ਪਾਇਆ ਸੀ, ਮੈਂ 1.5-2 ਚਮਚੇ ਹੁਣ ਪਾ ਦਿੱਤੇ, ਹੈ ਨਾ। ਨਾਲ ਜਿਹੜੇ ਆਪਾਂ ਹੁਣ ਥੋੜ੍ਹਾ ਜਿਹਾ ਪਾਣੀ ਪਾ ਦਈਏ ਇਹਦੇ 'ਚ, 1/2 ਗਲਾਸ। ਹੁਣ ਇਹਨੂੰ ਚੰਗੀ ਤਰ੍ਹਾਂ ਐਨ ਕਰ ਲਈਏ ਘਿਓ ਛੱਡਣ ਤੱਕ। ਮਸਾਲਾ ਆਪਣਾ ਭੁੱਜ ਗਿਆ ਸੀ ਸਵਾਰ ਕੇ, ਐਨ ਆਪਾਂ ਗ੍ਰੈਂਡ ਕਰ ਲਏ ਸੀ ਪਹਿਲੇ, ਹੈ ਨਾ। ਹੁਣ ਆਪਾਂ ਜਿਹੜੇ ਆਹ ਇਹਦੇ 'ਚ ਆਪਾਂ ਵਾਲੇ ਸੀਗੇ ਔਲੇ, ਅਤੇ ਇਹ ਹੁਣ ਇਹ ਨਹੀਂ ਆਪਾਂ ਵਿੱਚ ਪਾਉਣੇ ਹੈਗੇ, ਇਹ ਹੁਣ ਆਪਾਂ ਬਾਹਰ ਕੱਢ ਦੇਣੇ ਇੱਦਾਂ, ਅਤੇ ਛੋਲਿਆਂ ਨੂੰ ਰੰਗ ਚੜ੍ਹ ਗਿਆ ਆਪਣਿਆਂ ਨੂੰ। ਆਪਣਾ ਤੁੜਕਾ ਹੋ ਗਿਆ ਰੈਡੀ, ਤੁੜਕੇ ਨੇ ਐਨ ਘਿਓ ਛੱਡ ਦਿੱਤਾ। ਹੁਣ ਆਪਾਂ ਇਹਦੇ 'ਚ ਛੋਲੇ ਜਿਹੜੇ ਆ ਉਹ ਆਪਾਂ ਇਹਦੇ 'ਚ ਪਾ ਦੇਣੇ ਆ, ਜਿਹੜੇ ਆਪਾਂ ਬੋਇਲ ਕਰਕੇ ਰੱਖੇ ਹੋਏ। ਇਹਨਾਂ 'ਚ ਹਲਦੀ ਨਹੀਂ ਪਾਉਣੀ ਜੇ ਕਾਲੇ ਬਣਾਉਣੇ ਛੋਲੇ, ਹੈ ਨਾ। ਚਿੱਟਿਆਂ ਨੂੰ ਰੰਗ ਚਾੜਿਆ ਆਪਾਂ ਹੁਣ ਪਾ ਕੇ, ਹੈ ਨਾ, ਅਤੇ ਇਹਦੇ 'ਚ ਹੁਣ ਹਲਦੀ ਨਹੀਂ ਪਾਉਣੀ ਹੈਗੀ ਆਪਾਂ, ਇਹਨਾਂ ਨੂੰ ਇੱਦਾਂ ਰਹਿਣ ਦੇਣਾ ਬਲੈਕ। ਥੋੜ੍ਹਾ ਜਿਹਾ ਆਪਾਂ ਪਾਣੀ ਪਾਵਾਂਗੇ ਇਹਦੇ 'ਚ, ਪਾਣੀ ਵੀ ਬੋਇਲ ਹੋਇਆ ਪਾਉਣਾ ਆ, ਕਰਕੇ ਮੈਂ ਕੇਟਲ ਲਾ ਲਈ, ਤੁਸੀਂ ਪਤੀਲੇ 'ਚ ਵਾਲ ਲਿਓ ਜੇ ਬਾਲਣਾ ਤਾਂ, ਹੈ ਨਾ। ਥੋੜ੍ਹਾ ਪਾਉਣਾ ਪਾਣੀ ਆਪਾਂ, ਜ਼ਿਆਦਾ ਨਹੀਂ, ਇਹ ਤਰੀ ਵਾਲੇ ਕਰਨੇ, ਰਸਮੇ ਜਿਹੇ ਰੱਖਣੇ ਆਪਾਂ, ਘੱਟ ਤਰੀ ਵਾਲੇ, ਹੈ ਨਾ। ਆਪਾਂ ਹੁਣ ਇਹਨੂੰ ਉਹ ਵੀ ਨਹੀਂ ਲਾਉਣਾ ਕੁੱਕਰ ਤਾਂ ਢੱਕਣ ਤਾਂ ਲਾਉਣਾ ਨਹੀਂ, ਕਰਕੇ ਛੋਲੇ ਤਾਂ ਆਪਣੇ ਪਹਿਲਾਂ ਹੀ ਬੋਇਲ ਹੋਏ ਆ, ਆਪਾਂ ਸਿਰਫ ਇਹਨੂੰ ਉਬਾਲਾ ਹੀ ਦੇਣਾ ਹੈ। ਅਤੇ ਉਹ ਆਪਾਂ ਇੱਦਾਂ ਖੁੱਲ੍ਹਾ ਢੱਕਣ ਦੇ ਕੇ ਆਪਾਂ ਉਬਾਲਾ ਦਾ ਉਬਾਲਣਾ, ਅਤੇ ਛੋਲੇ ਆਪਣੇ ਹੋ ਗਏ ਰੈਡੀ। ਅਤੇ ਆਪਾਂ ਫਿਰ ਤੁਹਾਨੂੰ ਕੱਢ ਕੇ ਦਿਖਾਉਂਦੇ ਹਾਂ ਛੋਲੇ, ਠੀਕ ਹੈ ਜੀ। ਸੌਖੇ ਆ, ਬਣ ਗਏ, ਬਾਹਲੇ ਨਹੀਂ ਟਾਈਮ ਲੱਗਾ ਹੈਗਾ, ਤੁਸੀਂ ਵੀ ਦੇਖ ਲਿਓ ਬਣਾ ਕੇ, ਹੈ ਨਾ। ਨਾਲੇ ਜਦੋਂ ਵੀਡੀਓ ਦੇਖਦੇ ਹੁੰਦੇ ਮੇਰੀ ਵੀਡੀਓ ਲਾਈਕ ਸ਼ੇਅਰ ਕਰ ਦਿਓ, ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਫਿਰ ਮੈਂ ਨਵੀਆਂ ਰੈਸਪੀਆਂ ਤੁਹਾਡੇ ਲਈ ਲੈ ਕੇ ਆਇਆ ਕਰੂੰਗੀ, ਠੀਕ ਹੈ ਜੀ। ਲਓ ਜੀ ਆਪਣੇ ਛੋਲੇ ਹੋ ਗਏ ਰੈਡੀ, ਹੁਣ ਆਪਾਂ ਦੇਖ ਲਈਏ ਇਹਨਾਂ ਨੂੰ। 10-15 ਮਿੰਟ ਹੋ ਗਏ ਆਪਾਂ ਨੂੰ ਇਹਨਾਂ ਨੂੰ ਹੋ ਗਿਆ, ਆਪਾਂ ਸੀਟੀ ਤਾਂ ਲਾਈ ਨਹੀਂ ਸੀ ਇਹਨਾਂ ਨੂੰ,
ਕਰਕੇ ਛੋਲੇ ਤਾਂ ਆਪਾਂ ਪਹਿਲੇ ਹੀ ਵਾਲ ਲਏ ਸੀ ਹੈ ਨਾ ਲੁੱਕ, ਆਪਾਂ ਹਲਦੀ ਨਹੀਂ ਪਾਈ ਇਹਨਾਂ 'ਚ। ਹੁਣ ਆਪਾਂ ਇਹ 'ਚ ਪਾ ਦੇਣਾ ਮਸਾਲਾ, ਪਾ ਦਈਏ ਗਰਮ ਮਸਾਲਾ, ਪਾ ਦਈਏ ਚਮਚਾ ਇੱਕ, ਅਤੇ ਹਰਾ ਧਨੀਆ ਪਾ ਦਈਏ ਨਾਲ, ਅਤੇ ਨਾਲ ਪਾ ਦਈਏ ਆਪਾਂ ਚਨਾ ਮਸਾਲਾ ਇਹ 'ਚ। ਫਿਰ ਬਹੁਤ ਸੋਹਣੀ ਨਾਈਸ ਇਹਦੀ ਖੁਸ਼ਬੂ ਆਉਂਦੀ ਹੈ, ਨਾਈਸ ਮਹਿਕ ਆਉਂਦੀ ਹੈ ਇਹਦੀ, ਬਹੁਤ ਸੋਹਣੀ। ਇੱਕ ਚਮਚਾ ਆਪਾਂ ਇਹ ਪਾ ਦਿੰਦੇ ਹਾਂ ਹਰਾ ਧਨੀਆ ਪਾ ਕੇ, ਫਿਰ ਆਪਾਂ ਤੁਹਾਨੂੰ ਦਿਖਾਉਂਦੇ ਪਲੇਟ ਕਰਕੇ। ਹੁਣ ਆਪਾਂ ਇੱਥੇ ਖਟਾਸ ਥੋੜ੍ਹੀ ਜਿਹੀ ਕੰਮ ਲਈ ਆਪਾਂ ਇਹ 'ਚ ਇਮਲੀ ਪਾਵਾਂਗੇ ਖੱਟੀ, ਜੇ ਇਹ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਅੰਬਚੂਰ ਵੀ ਪਾ ਸਕਦੇ ਹੈ ਨਾ। ਆਪਾਂ ਇਹ 'ਚ ਅੱਧਾ ਕੁ ਚਮਚਾ ਪਾਉਣੀ ਹੈ, ਇੰਨੀ ਕੁ ਆਪਾਂ ਅੱਧਾ ਕੁ ਚਮਚਾ ਪਾਉਣੀ ਵਿੱਚ ਇਮਲੀ। ਇਹਦੇ ਨਾਲ ਫਿਰ ਖੱਟੀ ਖੱਟੀ ਹੋ ਜਾਊਗੀ ਸਬਜ਼ੀ, ਬਹੁਤ ਸੋਹਣੀ ਲੱਗੇਗੀ, ਟੇਸਟ ਬਹੁਤ ਸੋਹਣਾ ਨਾਈਸ ਆਊਗਾ ਇਹਦਾ ਇਮਲੀ ਦਾ। ਆਪਾਂ ਵਿੱਚ ਕਰਤੀ ਹੈ ਨਾ ਇਹਦੇ, ਜੇ ਨਹੀਂ ਹੈਗੀ ਅੰਬਚੂਰ ਪਾ ਲਓ, ਅਤੇ ਜੇ ਇਮਲੀ ਹੈਗੀ ਆ ਤਾਂ ਫਿਰ ਤੁਸੀਂ ਇਮਲੀ ਇਹਦੇ 'ਚ ਐਨ ਸਾਰਾ ਕੁਛ ਪਾ ਕੇ, ਮਸਾਲਾ ਪਾ ਕੇ, ਧਨੀਆ ਪਾ ਕੇ, ਫਿਰ ਤੁਸੀਂ ਇਹਦੇ 'ਚ ਇਮਲੀ ਪਾ ਦਿਓ ਹੈ ਨਾ। ਹੁਣ ਆਪਾਂ ਇਹਨੂੰ ਮਿਕਸ ਕਰ ਦਈਏ ਚੰਗੀ ਤਰ੍ਹਾਂ, ਫਿਰ ਹੁਣ ਆਪਾਂ ਪਲੇਟ ਕਰਕੇ ਦਿਖਾਉਂਦੇ ਤੁਹਾਨੂੰ। ਤਾਂ ਜੀ ਆਪਣੇ ਛੋਲੇ ਹੋ ਗਏ ਰੈਡੀ, ਤੁਸੀਂ ਵੀ ਇੱਦਾਂ ਬਣਾ ਕੇ ਦੇਖਿਓ, ਨਾਲੇ ਮੈਨੂੰ ਦੱਸਿਓ ਤੁਹਾਡੇ ਵੀ ਕਿੱਦਾਂ ਦੇ ਬਣੇ। ਵੀਡੀਓ ਜਦੋਂ ਦੇਖਦੇ ਹੁੰਦੇ ਹਾਂ ਫਿਰ ਉਹਨੂੰ ਲਾਈਕ ਸ਼ੇਅਰ ਕਰਦੇ ਕਰੋ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ ਵੀਡੀਓ ਦੇਖਣ ਦਾ।